ਦੇਖੋ ਜੀ ਪੱਖੇ ਸਾਫ਼ ਕਰਨ ਵਾਲਾ ਦੇਸੀ ਜਗਾੜੇ ਹੀਠਾਂ ਖੜਕੇ ਆ ਆਪਾਂ ਜੀ ਬੋਤਲ ਤੋਂ ਤੇ ਇੱਕ ਆਪਾਂ ਨੂੰ ਚੀਜ਼ ਹੋਰ ਚਾਹੀਦੀ ਐ ਗੁੱਧ ਜੀ ਉਹਦੇ ਤੋਂ ਆਪਾਂ ਨਾ ਪੱਖੇ ਸਾਫ਼ ਕਰਨ ਵਾਲਾ ਜਗਾੜ ਤਿਆਰ ਕਰਾਂਗੇ ਪੱਖੇ ਸਾਫ਼ ਕਰਨ ਦੀ ਦਿੱਕਤ ਹਰੇਕ ਨੂੰ ਆਉਂਦੀ ਐ ਜੀ ਕਿਉਂਕਿ ਘੋੜੀ ਲਾ ਕੇ ਉੱਪਰ ਚੜ੍ਹਨਾ ਪੈਂਦਾ ਇੱਕ ਬੰਦਾ ਚਾਹੀਦਾ ਪਰ ਆ ਜਿਹੜਾ ਜਗਾੜ ਐ ਤੁਸੀਂ ਹੀਠਾਂ ਖੜਕੇ ਜਿੰਨੇ ਮਰਜ਼ੀ ਛੱਤ ਵਾਲੇ ਪੱਖੇ ਸਾਫ਼ ਕਰ ਲਓ ਤੇ ਆ ਦੇਖ ਲਓ ਜੀ ਆਪਾਂ ਨੇ ਇੱਕ ਪੈਪਸੀ ਦੀ ਬੋਤਲ ਨੂੰ ਅਗਲੇ ਪਾਸੋਂ ਕੱਟ ਲਿਆ ਆ ਤੁਸੀਂ ਧਿਆਨ ਨਾਲ ਦੇਖ ਲਓ ਠੀਕ ਐ ਇਸ ਤੋਂ ਬਾਅਦ ਇਹਨੂੰ ਸਾਫ਼ ਕਰ ਲਿਆ ਢੱਕਣ ਇਹਦਾ ਆਪਾਂ ਨੇ ਖੋਲਣਾ ਨਹੀਂ ਹੈਗਾ ਇਸੇ ਤਰੀਕੇ ਨਾਲ ਹੀ ਰੱਖਣਾ ਉਸ ਤੋਂ ਬਾਅਦ ਅੱਗੇ ਦਿਖਾਉਨੇ ਆ ਤੁਹਾਨੂੰ ਸਾਰਾ ਜਗਾੜ ਠੀਕ ਐ ਇਸ ਤੋਂ ਬਾਅਦ ਇੱਕ ਕੱਟ ਲਾਵਾਂਗੇ ਆਪਾਂ ਇਧਰਲੇ ਪਾਸੇ ਜਿਵੇਂ ਜਿਵੇਂ ਵੀਡੀਓ ਦੇ ਵਿੱਚ ਤਿਆਰ ਹੋਊਗਾ ਜਗਾੜ ਓਵੇਂ ਓਵੇਂ ਤੁਸੀਂ ਤਿਆਰ ਕਰ ਲਿਓ ਤੁਹਾਡੇ ਘਰ ਹੀ ਸਾਰਾ ਕੁਝ ਪਿਆ ਕੋਈ ਕੁਝ ਤੁਸੀਂ ਲੈ ਕੇ ਨਹੀਂ ਆਉਣਾ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖ ਲਓ ਹੋਲ ਆਪਾਂ ਵੱਡੀ ਬੋਤਲ 'ਚ ਇੱਕ ਕੱਢ ਲਿਆ ਇਸ ਤੋਂ ਬਾਅਦ ਥੋੜਾ ਥੋੜਾ ਕੱਟ ਜਾ ਆਪਾਂ ਇਹਦੇ ਮੂੰਹ ਤੇ ਲਾ ਦਨੇ ਆ ਠੀਕ ਐ ਜਿਹੜੀ ਆਪਾਂ ਕੱਟੀ ਐ ਇੱਕ ਤੁਸੀਂ ਇਸ ਤਰੀਕੇ ਦੀ ਇਹ ਬਿਲਕੁਲ ਇਸ ਤਰੀਕੇ ਨਾਲ ਠੀਕ ਹੈ ਜਿਵੇਂ ਆਪਾਂ ਨਿਸ਼ਾਨੀਆਂ ਲਾ ਲੀਆਂ ਐਸੇ ਤਰੀਕੇ ਦੀਆਂ ਨਿਸ਼ਾਨੀਆਂ ਲਾ ਕੇ ਤੇ ਇਸ ਤੋਂ ਬਾਅਦ ਇੱਥੋਂ ਮਾਰਨੇ ਨੇ ਆਪਾਂ ਨੇ ਘੱਟ ਠੀਕ ਹੈ ਤੁਸੀਂ ਚਾਕੂ ਨਾਲ ਮਾਰ ਲਓ ਚਾਹੇ ਇੱਕ ਬਲੇਡ ਜਾਂ ਆਉਂਦਾ ਤੁਸੀਂ ਉਹਦੇ ਨਾਲ ਕੱਟ ਮਾਰ ਲਓ ਠੀਕ ਹੈ ਪੈਪਸੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਕੱਟ ਮਾਰਨੇ ਨੇ ਧਿਆਨ ਨਾਲ ਦੇਖ ਲਿਓ ਇਹ ਸਭ ਤੋਂ ਜ਼ਰੂਰੀ ਕੰਮ ਹੈ ਜਿਹੜਾ ਕੱਟ ਨੇ ਉਹ ਤੁਹਾਡੇ ਬਿਲਕੁਲ ਸਹੀ ਵੱਜਨੇ ਚਾਹੀਦੇ ਨੇ ਫਿਰ ਤੁਹਾਡਾ ਜਗਾੜ ਜਮਾ ਫੁੱਲ ਕਾਮਯਾਬ ਹੋਊਗਾ ਠੀਕ ਹੈ ਲਓ ਜੀ ਇਧਰਲੇ ਪਾਸੋਂ ਵੀ ਆਪਣੇ ਕੱਟ ਕੰਪਲੀਟ ਹੋ ਗਏ ਉਸ ਤੋਂ ਬਾਅਦ ਇਹਦੇ ਵਿੱਚ ਕੱਟ ਲਾਉਣੇ ਨੇ ਜਿਹੜਾ ਆ ਬੋਤਲ ਦਾ ਮੂੰਹ ਹੁੰਦਾ ਇਹਦੇ ਵਿੱਚ ਆਪਾਂ ਨੇ ਇਸ ਤਰੀਕੇ ਦੇ ਕੱਟ ਲਾਉਣੇ ਨੇ ਜੀ ਠੀਕ ਹੈ ਉਹਨੂੰ ਬਣਾ ਕੇ ਆਪਾਂ ਨੇ ਐ ਐ ਬਣਾਉਣਾ ਇਸ ਤਰੀਕੇ ਨਾਲ ਬਣਾਉਣਾ ਠੀਕ ਹੈ ਆ ਤੁਸੀਂ ਦੇਖ ਲਓ ਐਵੇਂ ਬਣਾਉਣਾ ਇਸ ਤੋਂ ਬਾਅਦ ਆ ਜਿਹੜੀ ਗੁੱਦ ਜੀ ਪਾਈ ਹੁੰ ਸਪੰਜ ਤਰ੍ਹਾਂ ਦੀ ਜੀ ਆਪਾਂ ਸਪੰਜ ਲੈ ਕੇ ਆਏ ਸੀ ਸਪੰਜ ਇਹ ਇਸ ਤੋਂ ਬਾਅਦ ਇਹਨੂੰ ਵਿੱਚ ਪਾ ਲਿਆ ਇੱਕ ਵਾਰੀ ਇਹਨੂੰ ਆਪਾਂ ਬਾਹਰ ਕੱਢਾਂਗੇ ਦੁਬਾਰੇ ਇੱਕ ਵਾਰੀ ਆਪਾਂ ਸਾਈਜ਼ ਦੇਖ ਲਿਆ ਓਕੇ ਇਸ ਤੋਂ ਬਾਅਦ ਇਹਦੇ ਨਾਲ ਆਪਾਂ ਨੇ ਨਾ ਸਰਾਖ ਕਰ ਲਏ ਇਸ ਤਰੀਕੇ ਨਾਲ ਮੇਖ ਜੀ ਨਾਲ ਆਪਾਂ ਨੇ ਸਰਾਖ ਕਰ ਲਏ ਪੱਕੇ ਕਿਉਂਕਿ ਇਹਦੇ ਨਾਲ ਆਪਾਂ ਇਹਨੂੰ ਬਨਾਂਗੇ ਪੱਕਾ ਕੰਮ ਕਰਾਂਗੇ ਫਿਕਸ ਕਰਾਂਗੇ ਦਾ ਤਾਰਾਂ ਨਾਲ ਬਨਦਾਂਗੇ ਆਪਾਂ ਇਹਨੂੰ ਇਸ ਤਰੀਕੇ ਨਾਲ ਇੱਧਰ ਪੈ ਗਈ ਇਹ ਪਾਈਪਸੀ ਦੇ ਵਿੱਚ ਜਿਹੜਾ ਇੱਕ ਆਪਾਂ ਛੋਟਾ ਹੋਲ ਕਰਿਆ ਸੀ ਤੇ ਆਪਾਂ ਤਾਰਾਂ ਨਾਲ ਇਹਨੂੰ ਬਨਨ ਤਾਂ ਹੁਣ ਚੰਗੀ ਤਰ੍ਹਾਂ ਐਸੇ ਤਰੀਕੇ ਨਾਲ ਤੁਸੀਂ ਬਨ ਲਿਓ ਕਦੇ ਵੀ ਤੁਹਾਨੂੰ ਮੁਸ਼ਕਲ ਨਹੀਂ ਆਉ ਪਲਾਸ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਟਾਈਟ ਕਰ ਦੰਨੇ ਆ ਤਾਂ ਕਿ ਆਪਣੀ ਇਹ ਖੁੱਲੇ ਨਾ ਤੇ ਇਸ ਤੋਂ ਬਾਅਦ ਆਪਣੀ ਆਹ ਜਿਹੜੀ ਸਪੰਜ ਹੈ ਇਹ ਜਿਹੜੇ ਡੈਕਾਂ ਵਾਲੇ ਮਿਸਤਰੀ ਹੁੰਦੇ ਨੇ ਜਾਂ ਸੋਫੇ-ਸੂਫੇ ਬਣਾਉਂਦੇ ਨੇ ਉੱਥੋਂ ਮਿਲ ਜਾਂਦੀ ਹੈ ਇਹਨੂੰ ਤੁਸੀਂ ਫਿਕਸ ਤਰੀਕੇ ਨਾਲ ਬੰਨ ਲੈਣਾ ਇਸ ਤਰੀਕੇ ਨਾਲ ਦੋਨੇ ਪਾਸੇ ਆਪਾਂ ਨੇ ਪਾਤੀ ਤੇ ਆਹ ਦੇਖੋ ਜੀ ਇਹਨੂੰ ਹੁਣ ਬੰਨ ਲਾਂਗੇ ਆਪਾਂ ਦੁਬਾਰੇ ਇੱਕ ਆਪਾਂ ਨੂੰ ਚਾਹੀਦਾ ਹੈ ਜੀ ਅੱਧਾ ਇੰਚੀ ਪਾਈਪ ਦਾ ਟੋਕੜਾ ਉਹ ਵੀ ਆਪਣੇ ਘਰ ਹੀ ਪਈ ਹੁੰਦੀ ਹੈ ਟੂਟੀ ਫੀਟਿੰਗ ਵਾਲੀ ਪਾਈਪ ਜਿੰਨੀ ਕਿ ਤੁਹਾਡੇ ਘਰ ਦੀ ਉਚਾਈ ਹੈ ਉਸ ਹਿਸਾਬ ਨਾਲ ਤੁਸੀਂ ਉਹਨੂੰ ਬੰਨ੍ਹ ਲਿਓ ਆਪਾਂ ਨੇ ਸਪੰਜ ਜਿਹੜੀ ਉਹ ਪੱਕੀ ਫਿਕਸ ਕਰਕੇ ਜਾਵਾਂ ਓਕੇ ਦੀ ਰਿਪੋਰਟ ਕਰਕੇ ਬੰਨ੍ਹ ਦੀ ਤਾਂ ਕਿ ਇਹ ਹੱਲੇ ਨਾ ਜਦੋਂ ਆਪਾਂ ਪੱਖੇ ਨੂੰ ਸਾਫ਼ ਕਰਾਂਗੇ ਥੋੜੀ ਥੋੜੀ ਸਪੰਜ ਆਪਾਂ ਨੇ ਹੋਰ ਪਾਤੀ ਜਿੱਥੇ ਗੈਪ ਪਿਆ ਸੀ ਤੇ ਦੋਨੇ ਪਾਸੇ ਇਹਦੇ ਰਸਤਾ ਛੱਡਤਾ ਫਰ ਲੰਗਾਉਣ ਨੂੰ ਆ ਦੇਖੋ ਆ ਆਪਣਾ ਰਸਤਾ ਹੋ ਗਿਆ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਅੱਧਾ ਇੰਚ ਦੀ ਪਾਈਪ ਪਾ ਕੇ ਫਿੱਟ ਕਰਕੇ ਟੇਪ ਲਾ ਕੇ ਪੱਕਾ ਕੰਮ ਕਰ ਦੰਨੇ ਆ ਜੀ ਠੀਕ ਹੈ ਪੱਖੇ ਸਾਫ਼ ਕਰਨ ਨਾਲ ਅੱਜ ਤੱਕ ਨਹੀਂ ਜਿਗਾਰਡ ਨਹੀਂ ਸੀ ਕੋਈ ਆ ਜਿਗਾਰਡ ਬਿਲਕੁਲ ਬੈਸਟ ਹੈ ਜਮਾ ਕੱਲਾ ਬੰਦਾ ਏਠਾ ਖੜ ਕੇ ਕਰ ਲੂ ਸਾਬਾ ਦੇਖੋ ਗੰਦਾ ਹੋ ਰਿਹਾ ਪੱਖਾ ਇਸ ਤਰੀਕੇ ਨਾਲ ਫਰ ਦੇ ਵਿੱਚ ਤੁਸੀਂ ਆ ਫਸਾਉਣੀ ਹੈ ਤੇ ਇਹਨੂੰ ਤੁਸੀਂ ਇਸ ਤਰੀਕੇ ਨਾਲ ਅੱਗੇ ਪਿੱਛੇ ਕਰਨਾ ਹੈ ਤੁਹਾਡਾ ਪੱਖਾ ਸਾਫ਼ ਹੋ ਜਾਊਗਾ ਤੇ ਉਸ ਤੋਂ ਬਾਅਦ ਸਰਫ ਨਾਲ ਧੋ ਕੇ ਮਾਰ ਦਿਓ ਬਿਲਕੁਲ ਓਕੇ ਹੋ ਜਾਊਗਾ ਦੇਖੋ ਕੂੜਾ ਕਿੰਨਾ ਆ ਗਿਆ ਇਹਦੇ ਵਿੱਚ ਜਿਗਾਰਡ ਦੇ ਵਿੱਚ